ਹੈਲੋ ਗਾਇਜ਼ ਆਪਾਂ ਪਿਛਲੀ ਵੀਡੀਓ ਵਿੱਚ ਸੰਵਿਧਾਨ ਕੀ ਹੈ ਸੰਵਿਧਾਨ ਕਿੰਨੇ ਭਾਗਾਂ 'ਚ ਵੰਡਿਆ ਹੈ ਇਸ ਬਾਰੇ ਆਪਾਂ ਪੜਿਆ ਸੀ ਆਈ ਹੋਪ ਤੁਹਾਨੂੰ ਉਹ ਚੀਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਨੈਕਸਟ ਸਟੈਪ ਕਰਦੇ ਹਾਂ ਜਿਹੜੇ ਆਪਾਂ ਪੜਿਆ ਸੀ ਕਿ ਸੰਵਿਧਾਨ ਵਿੱਚ 12 ਅਨੁਸੂਚੀਆਂ ਨੇ ਉਹਨਾਂ ਸੂਚੀਆਂ ਵਿੱਚ ਕੀ ਕੀ ਹੈ ਉਹਨਾਂ ਬਾਰੇ ਆਪਾਂ ਕਰਦੇ ਨੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਭਾਰਤੀ ਸੰਵਿਧਾਨ ਨੂੰ 22 ਭਾਗਾਂ 'ਚ ਵੰਡਿਆ ਹੈ ਤੇ ਇਸ ਵਿੱਚ 12 ਅਨੁਸੂਚੀਆਂ ਨੇ ਮੰਨ ਲਓ ਕਿ 12 ਚੈਪਟਰ ਨੇ ਠੀਕ ਹੈ ਤੇ ਉਹ 12 ਅਨੁਸੂਚੀਆਂ ਵਿੱਚ ਕੀ ਕੀ ਲਿਖਿਆ ਹੋਇਆ ਹੈ ਇਹਨੂੰ ਆਪਾਂ ਵਿਸਤਾਰਪੂਰਵਕ ਸਮਝਦੇ ਹਾਂ ਫਰਸਟ ਅਨੁਸੂਚੀ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ 12 ਸ਼ੈਡਿਊਲਸ ਆਫ ਇੰਡੀਅਨ ਕਨਸਟੀਟਿਊਸ਼ਨ ਪਹਿਲੇ ਸ਼ੈਡਿਊਲ ਵਿੱਚ ਜਿਹੜਾਗਾ ਸਕੈਚੂਲ ਕਹ ਲੋ ਉਹਦੇ ਵਿੱਚ ਕਿਹਾ ਗਿਆ ਹੈ ਕਿ ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਇਲਾਕਿਆਂ ਦੇ ਨਾਮ ਅਤੇ ਹੱਦਾਂ ਦੀ ਵਿਆਖਿਆ ਕੀਤੀ ਗਈ ਹੈ ਕਿ ਰਾਜਾਂ ਦੇ ਇਨ ਕੇਸ ਮਲਪੀ ਜਵੇਂ ਕਲਕੱਤਾ ਨੂੰ ਚੇਂਜ ਕਰਕੇ ਕਾਲਕਾਟਾ ਕਹਿ ਦਿੱਤਾ ਸੀ ਥੈਨ ਆਫਟਰਫੇਅਰ ਕਲਕੱਤਾ ਚੇਂਜ ਹੋਇਆ ਠੀਕ ਹੈ ਮੁੰਬਈ ਨੂੰ ਬੰਬੇ ਕਹਿਣਾ ਸ਼ੁਰੂ ਕਰਤਾ ਥੈਨ ਆਫਟਰਫੇਅਰ ਮੁੰਬਈ ਹੋ ਗਿਆ ਇਸ ਤਰ੍ਹਾਂ ਮਲਪੀਓ ਫਿਰ ਜਿਹੜੇ ਹੈ ਗਿਆ ਸਬਦਾਨ ਦੀ ਪ੍ਰਕਿਰਿਆ ਰਾਈ ਜਿਹੜਿਆ ਗਿਆ ਕਿਸੇ ਰਾਜ ਦਾ ਨਾਮ ਜਾਂ ਖੇਤਰ ਜਾਂ ਹੱਦਾ ਜਿਹੜੀਆਂ ਗਿਆ ਉਹ ਚੇਂਜ ਕੀਤੀਆਂ ਜਾਂਦੇ ਨੇ ਪਰ ਪਰਮਿਸ਼ਨ ਉਸ ਰਾਜ ਦੀ ਜ਼ਰੂਰ ਲਈ ਜਾਂਦੀ ਹੈਗੀ ਆ ਤਾਂ ਕਿਵੇਂ ਹੋਣਾ ਕੀਤਾ ਜਾ ਸਕਦਾ ਉਹ ਸਾਰਾ ਕੁਝ ਜਿਹੜਾ ਜਿਹੜੀ ਪਹਿਲੀ ਸ਼ੈਡਿਊਲ ਆ ਸ਼ੈਡਿਊਲ ਉਹਦੇ ਵਿੱਚ ਵਰਣਨ ਕੀਤਾ ਗਿਆ ਹੈ ਸੈਕੰਡ ਜਿਹੜਾ ਸਕੇਜੂਲ ਆ ਉਹਦੇ ਵਿੱਚ ਜੋ ਵੀ ਆ ਰਾਸ਼ਟਰਪਤੀ ਆ ਰਾਜਪਾਲ ਹੈ ਜਾਂ ਰਾਜ ਸਭਾ ਤੇ ਲੋਕ ਸਭਾ ਦੇ ਸਪੀਕਰ ਨੇ ਜੱਜ ਨੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੀ ਤਨਖਾਹਾਂ ਦਾ ਵਰਣਨ ਕੀਤਾ ਗਿਆ ਹੈ ਕਿ ਕਿਸ ਕਿਸ ਨੂੰ ਕਿੰਨੀ ਕਿੰਨੀ ਤਨਖਾਹ ਦਿੱਤੀ ਚਾਹੀਦੀ ਹੈ ਤਨ ਬਤਾਓ ਕਨਸੋਲੀਡੇਟਡ ਫੰਡ ਜਾਂ ਸੰਚਿਤ ਜਿਹੜੀ ਹੈਗੀ ਆ ਫੰਡ ਉਸ ਵਿੱਚ ਤਨਖਾਹ ਦਿੱਤੀ ਜਾਂਦੀ ਹੈ ਥੜਾ ਗਾਵਾ ਕੇ ਥੜਾ ਸੂਚੀ ਵਿੱਚ ਕਿ ਇਹ ਸਾਰੇ ਉੱਚ ਅਧਿਕਾਰੀ ਆ ਉਹਨਾਂ ਦੀ ਸੋਚਕ ਸੋਚਕ ਪ੍ਰਕਿਰਿਆ ਕਿਵੇਂ ਹੋਏਗੀ ਕੀ ਉਹਦਾ ਪ੍ਰੋਸੈਸ ਹੋਏਗਾ ਉਸ ਬਾਰੇ ਵਰਣ ਕੀਤਾ ਗਿਆ ਹੈ ਫੋਰਸ ਸ케ਜੂਲ ਵਿੱਚ ਜਿਹੜਾ गावा ਕੇਂਦਰੀ ਪ੍ਰਸ਼ਾਸਤ ਇਲਾਕੇ ਜਿਹਨੂੰ ਆਪਾਂ ਜੂਟੀ ਬੋਲ ਦਿੰਦੇ ਆ ਤੇ ਰਾਜ ਸਭਾ ਦੇ ਜਿਹੜੇ ਵੇ ਐਮਪੀ ਆ ਉਹਨਾਂ ਦੀ ਗਿਣਤੀ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਰਾਜ ਸਭਾ ਦੇ ਮਲਪੀ ਕਿਸੇ ਵੀ ਰਾਜ ਦੇ ਮੰਨ ਲਓ ਜੇ ਅਸੀਂ ਪੰਜਾਬ ਆ ਹਿਮਾਚਲ ਆ ਰਾਸਥਾਨਾ ਉਸੀ ਜਨਸੰਖਿਆ ਦੇ ਅਕੋਰਡਿੰਗ ਕਿਸ ਤਰ੍ਹਾਂ ਉਹਨਾਂ ਦੀ ਐਮਪੀ ਦੀ ਗਿਣਤੀ ਨਿਸ਼ਚਿਤ ਕਰਨੀ ਹੈ ਉਹ ਸਾਰਾ ਉਤੇਾਰੇ ਵਰਣਨ ਕੀਤਾ ਗਿਆ ਹੈ ਫਿਫਥ ਵਿੱਚ ਦੱਸਿਆ ਗਿਆ ਕਿ ਜਿਹੜੇ ਐਸਸੀ ਏਰੀਆ ਵਾ ਤੇ ਐਸਟੀ ਏਰੀਆ ਵਾ ਜਾਨੀ ਕਿ ਸ਼ਡਿਊਲਡ ਟਰਬਿਨਿਊਲ ਏਰੀਆ ਵਾ ਉਹਨਾਂ ਬਾਰੇ ਸਪੈਸ਼ਲ ਵਿਵਸਥਾ ਕੀਤੀ ਗਈ ਹੈ ਇਸ ਫਿਫਥ ਤੇ 6th ਨੂੰ ਥੋੜਾ ਜਿਆਦਾ ਧਿਆਨ ਨਾਲ ਫੇਰ ਸੁਣ ਲੈਣਾ 6th ਜਿਹੜਾ ਗਾਵਾ 6th ਵਿੱਚ ਅਸਾਮ ਮਗਾ ਲਿਆ ਤੁਰਪਰਾ ਮੇਜਰਾਮ ਦਾ ਖਾਸ ਪ੍ਰਸ਼ਾਸਨਿਕ ਪ੍ਰਬੰਧ ਕੀਤਾ ਹੈ ਫਿਫਥ 6th ਬਾਰੇ ਮੈਂ ਦੱਸਤੀ ਹਾਂ ਫੇਰ ਇੱਕ ਵਾਰੀ ਬਿડાਏ ਦੇ ਫਿਫਥ ਅਨ ਸੋਚੀਆ ਉਹਦੇ ਵਿੱਚ ਕੀ ਹੈ ਕਿ ਜਿਹੜੇ 10 ਰਾਜਵਾਨਾ ਉਹਨੂੰ ਸਪੈਸ਼ਲ ਜੜੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਉਹ 10 ਰਾਜ ਹੈ ਗਿਆ ਐਮ ਪੀ ਐਚ ਪੀ ਰਾਜਸਥਾਨ 오ਡੀਸਾ ਮਹਾਰਾਸ਼ਟਰ ਗੁਜਰਾਤ ਛਤੀਸਗੜ ਚਾਰਖੰਡ ਤੇਲੰਗਨਾ ਤੇ ਆਂਧਰਾ ਪ੍ਰਦੇਸ਼ ਇਸ 10 ਦੇ ਹਿੱਸੇ ਦੇ ਸਟੇਟ ਨੇ ਜਿਹਨੂੰ ਕੁਝ ਸਪੈਸ਼ਲ ਸਹੂਲਤਾਂ ਦਿੱਤੀਆਂ ਜਾਂਦੀਆਂ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਹੈਗੇ ਆ ਐਸਸੀ ਏਰੀਆ ਨੇ ਜਾਂ ਮਲਪਿਕਾ ਲੋ ਐਸ ਨੋਟਿਸ਼ ਸ਼ੈਡੂਲ ਟਰਬਨਿਊਲ ਏਰੀਆ ਨੇ ਠੀਕ ਹੈ ਇਹ ਚੀਜ਼ਾਂ ਵਗੈਰਾ ਇਸ ਲਈ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਜਿਹੜੀ ਸ਼ੇਵਨ ਸੂਚੀ ਆ ਨਾ ਉਹਦੇ ਵਿੱਚ ਚਾਰ ਰਾਜਾਂ ਨੂੰ ਜਿਹੜੀਆਂ ਹੈਗੀਆਂ ਮਾਨਤਾ ਦਿੱਤੀ ਗਈ ਆ ਇਹਨੂੰ ਵੀ ਟ੍ਰੈਵਲ ਏਰੀਆ ਮੰਨਿਆ ਜਾਂਦਾ ਹੈ ਤੇ ਪਹਿਲਾ ਪੰਜ ਸੀ ਇਹ ਦਰਨਾਚਲ ਪ੍ਰਦੇਸ਼ ਵੀ ਉਹ ਹੁਣ ਕੱਢ ਦਿੱਤਾ ਗਿਆ ਹੈ ਚਾਰ ਇਹ ਰਾਜ ਰਹਿ ਗਏ ਨੇ ਅਸਾਮ ਮਗਾ ਲਿਆ ਤ੍ਰਿਪੁਰਾ ਤੇ ਮिजोरਾਮ ਇਹਦੇ ਵਿੱਚ ਖਾਸ ਇਹ ਚੀਜ਼ ਵਾਖ ਕੇ ਜਿਹੜੇ ਇਹਨਾਂ ਦੇ ਜ਼ਿਲ੍ਹਾ ਪਦਤੇ ਦੇਰਾ ਅਚਵਨਾ ਇਹ ਆਪਣੇ ਜ਼ਿਲੇ ਪੱਧ ਤੇ ਲੈਂਡ ਫੋਰੈਸਟ ਵਾਟਰ ਸੋਰਸ ਬਾਰੇ ਕੋਈ ਵੀ ਕਾਨੂੰਨ ਬਣਾ ਸਕਦੇ ਨੇ ਕਿਉਂਕਿ ਵਿਚਾਰੇ ਸਾਰੇ ਪਹਾੜੀ ਏਰੀਆ ਨੇ ਮਗਾ ਲਿਆ ਅਤਰਪੁਰਾ ਮੇ ਜੋ ਰਾਮ ਅਸਾਮ ਸਾਰਾ ਜੰਗਲੀ ਜਿਹੜਾ ਹੈਗਾ ਏਰੀਆ ਹੈਗਾ ਵਾ ਤੇ ਇਹ ਆਪਣੇ ਰਾਜ ਬਾਰੇ ਖੁਦ ਕਾਨੂੰਨ ਬਣਾ ਲੈਣ ਬਣਾ ਸਕਦੇ ਨੇ ਤੇ ਜਿਹੜਾ ਸੈਂਟਰ ਵਾ ਉਹ ਜ਼ਿਆਦਾ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਕਿਸ ਬਾਰੇ ਲੈਂਡ ਫੋਰੈਸਟ ਤੇ ਵਾਟਰ ਸੋਰਸ ਬਾਰੇ ਠੀਕ ਹੈ ਇਹ ਜਿਹੜੀ ਹੈਗੀ ਆ ਪੰਜਵੀਂ ਸੂਚੀ ਬਾਰੇ 10 ਡੇਟਾ ਬਾਰੇ ਗੱਲ ਕੀਤੀ ਗਈ ਹੈ ਔਰ ਛੇਵੀਂ ਸੂਚੀ ਵਿੱਚ ਚਾਰ ਰਾਜਾਂ ਬਾਰੇ ਗੱਲ ਕੀਤੀ ਗਈ ਆ ਨੈਕਸਟ ਜਿਹੜੀ ਸਤਵੀਂ ਸੂਚੀ ਆ ਉਹਦੇ ਵਿੱਚ ਵਿਸ਼ਿਆਂ ਦੀ ਵੰਡ ਗੱਲ ਕੀਤੀ ਗਈ ਆ ਵਿਸ਼ੇ ਤੁਹਾਨੂੰ ਪਤਾ ਹੈ ਕਿ 3 15 ਚ ਵੰਡੇ ਗਏ ਆ ਕੁਝ ਵਿਸ਼ੇੜੇ ਹੈਗੇ ਆ ਸੰਗੀ ਸੁਚਿੰਦੇ ਤੇ ਕੁਜਰਾ ਸੁਚੀ ਨੂੰ ਕੁਝ ਸੰਬਾਤੀ ਸੁਚਿੰਦੇ ਦਿੱਤੇ ਗਏ ਆ ਜਿਹੜੇ ਤੇ ਐਪਲੀਕਾ ਸਾਇੰਸ ਦੇ ਸਟੂਡੈਂਟ ਉਹਨਾਂ ਨੇ ਇਹ ਚੀਜ਼ਾਂ ਪਤੰਦ ਕਿ ਸੁਚੀ ਜਾਂ ਵਿਸ਼ੇ ਕੀ ਹੁੰਦੇ ਨੇ ਤੇ ਜਿਹੜੇ ਨਹੀਂ ਆ ਵੈਸੇ ਇੰਟਰਸਟਿਡ ਵੇ ਇਹਨਾਂ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਜਿਵੇਂ ਕੁਝ ਡਿਪਾਰਟ ਜਿਹੜੇ ਹੈਗੇ ਆ ਜਿਹਨਾਂ ਕੋ ਟੈਕਸ ਲਿਆ ਜਾਂਦਾ ਹੈ ਠੀਕ ਹੈ ਨਾ ਜਬ ਰੇਲਾਂ ਵਾਂ ਸੜਕਾਂ ਵਾਂ ਜਿਹੜੇ ਐਟਮ એનર્ਜੀ ਵਗੈਰਾ ਕਹਿ ਲੋ ਇਹ ਬੜੀਆਂ ਬੜੀਆਂ ਜਿਹੜੀਆਂ ਚੀਜ਼ਾਂ ਸਿੱਕਾ ਬਣਾਉਣੇ ਰੁਪਈਆ ਬਣਾਉਣਾ ਇਹ ਰਾਜ ਰਾਜ ਇਹ ਕੰਮ ਨਹੀਂ ਕਰ ਸਕਦੀ ਜਿਹੜੀ ਫੋਰਸ ਵਗੈਰਾ ਡਿਫੈਂਸ ਇਹ ਕੰਮ ਨਹੀਂ ਰਾਜ ਨਹੀਂ ਕਰ ਸਕਦੀ ਇਹ ਕੰਮ ਸਾਰੇ ਕਿੰਨੇ ਕਰਨੇ ਇਹ ਕਰਨੇ ਸੰਗੀ ਸੂਚਨੇ ਸੈਂਟਰ ਨੇ ਕੰਮ ਕਰਨੇ ਨੇ ਇਹ ਉਹਦੇ ਅਧਿਕਾਰ ਕੀਤਾ ਸਾਰੇ ਕੰਮ ਆ ਜਾਣਗੇ ਵਿਸ਼ੇ ਆ ਜਾਣਗੇ ਤੇ ਉਹਨਾਂ ਨੂੰ ਹੀ ਸਾਰਾ ਅਰੇਂਜਮੈਂਟ ਕਰੇਗੀ ਤੋਂ ਉਹਨਾਂ ਤੋਂ ਹੀ ਟੈਕਸ ਵਸੂਲ ਕਰੇਗੀ ਰਾ ਸੂਚੀ ਵਿੱਚ ਜਿਹੜੇ ਹੈਗੇ ਆ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਵਗੈਰਾ ਉਹਨਾਂ ਨੂੰ ਵਿਸ਼ੇ ਵਗੈਰਾ ਵੰਡੇ ਹੋਏ ਆ ਕਿ ਤੁਸੀਂ ਆਪਣੀ ਪੁਲਿਸ ਬਾਰੇ ਜੋ ਆਪਣੇ ਖੇਤੀਬਾੜੀ ਬਾਰੇ ਜੋ ਤੁਹਾਡੇ ਡੋਮੈਸਟਿਕ ਜਿਹੜੀ ਏਰੀਆ ਵਾ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਜਾਂ ਅਕਰੇਲੋ ਉਜੋਗਾ ਉਹਨਾਂ ਬਾਰੇ ਕਾਨੂੰਨ ਬਣਾ ਸਕਦੇ ਹੋ ਤੇ ਸਮਰਥੀ ਸੂਚੀ ਹੋ ਜਾਂਦੇ ਆ ਜਿਹੜੇ ਕਿ ਡਿਊਟੀ ਏਰੀਆ ਨੇ ਜਿਵੇਂ ਚੰਡੀਗੜ੍ਹ ਆ ਦਮਨ ਦਿਓ ਆ ਠੀਕ ਆ ਦਾਦਾ ਨਗਰ ਹਵੇਲੀ ਆ ਤੇ ਇਹਨਾਂ ਨੂੰ ਸਮਰਥੀ ਸੂਚੀ ਵਿੱਚ ਇਹ ਵਿਸ਼ੇ ਸ਼ਾਮਿਲ ਕੀਤੇ ਜਾਂਦੇ ਆ ਇਸ ਬਾਰੇ ਜਿਹੜਾ ਗਵਰਾਜ ਵੀ ਮਲਪੀ ਆਪਣੇ ਜਿਹੜੇ ਹੈਗੇ ਕਾਨੂੰਨ ਬਣਾ ਸਕਦਾ ਵਾ ਤੇ ਸੰਗੀ ਸੂਚੀ ਵੀ ਬਣਾ ਸਕਦਾ ਤਾਂ ਉਹ ਮੈਕਸਿਮਮ ਕੀ ਹੁੰਦਾ ਹੈ ਵਾ ਇਹ ਆਮ ਤੌਰ ਤੇ ਜਿਹੜੀ ਹੈ ਗਿਆ ਸੰਗੀ ਸੂਚੀ ਹੀ ਇਹਦੇ ਨਾਲ ਲੈਟਰ ਵਿਸ਼ੇ ਬਣਾ ਲੈਂਦਾ ਹੈ ਜਾਂ ਦਿੱਲੀ ਵੀ ਜਿਹੜੀ ਹੈ ਕੀ ਆ ਉਹ ਜੂਟੀ ਏਰੀਆ ਵਗੈਰਾ ਪੈ ਜਾਂਦਾ ਇਸ ਨੂੰ ਥੋੜਾ ਜਿਹਾ ਹੋਰ ਵਿਸਤਾਰ ਨਾਲ ਸਮਝ ਸਕਦੇ ਹੋ ਤੁਸੀਂ ਕਿ ਸੱਤਵੀਂ ਸੂਚੀ ਵਿੱਚ ਇਹਨੂੰ ਤਿੰਨ ਟਾਈਪ ਨਾਲ ਵਿਸ਼ਿਆਂ ਨੇ ਵੰਡਿਆ ਗਿਆ ਵਾ ਇਹਨੂੰ ਆਪਾਂ 97 ਜਿਹੜੇ ਹੈਗੇ ਆ ਸੰਗੀ ਸੂਚੀ ਵਿੱਚ ਨੇ ਰਾਜ ਸੂਚੀ ਵਿੱਚ 66 ਨੇ ਤੇ ਸਮਰਤੀ ਸੂਚੀ ਵਿੱਚ 61 ਨੇ ਠੀਕ ਹੈ ਇਨੂੰ ਆਪਾਂ ਜਿਹੜੇ ਹੈਗਾ ਜੂਨੀਅਨ ਲਿਸਟ ਕਾ ਦੇ ਦਨੇ ਆ ਸਟੇ ਮਤਲਬ ਵੀ ਜੋ ਲਿਸਟ ਵਗੈਰਾ ਔਰ ਇਹਨਾਂ ਕੰਕ੍ਰੀਟ ਲਿਸਟ ਵਗੈਰਾ ਵੀ ਕਾ ਦੇ ਦਨੇ ਆ ਨੈਕਸਟ ਹੈ ਅਠਵਾਂ ਅਠਵੀਂ ਸੂਚੀ ਵਿੱਚ ਦਫ਼ਤਰੀ ਭਾਸ਼ਾ ਬਾਰੇ ਗੱਲ ਕੀਤੀ ਗਈ ਹੈ ਕਿ ਦਫ਼ਤਰੀ ਭਾਸ਼ਾ ਕਿਹੜੀ ਹੋਏਗੀ ਉਹ ਦਫ਼ਤਰੀ ਭਾਸ਼ਾ ਆਮ ਤੌਰ ਤੇ ਮਤਲਬ ਆਮ ਤੌਰ ਤੇ ਕਹ ਲੋ ਕਿ ਹਿੰਦੀ ਭਾਸ਼ਾ ਨੂੰ ਜਿਹੜੀ ਕਿ ਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ ਤੇ ਬਾਕੀ ਕਿਹੜੀਆਂ-ਕਿਹੜੀਆਂ ਬਾਈ ਭਾਸ਼ਾਵਾਂ ਹੋਣਗੀਆਂ ਜਿਨ੍ਹਾਂ ਨੂੰ ਮਾਨਤਾ ਦਿੱਤੀ ਗਈ ਉਹਨਾਂ ਬਾਰੇ ਵਰਣਨ ਕੀਤਾ ਗਿਆ ਹੈ ਤੇ 9ਥ ਸੂਚੀ ਵਿੱਚ ਜਿਹੜਾਗਾ ਰਾਜ ਤੇ ਕੇਂਦਰ ਦੇ ਕੁਝ ਕਾਨੂੰਨਾਂ ਨੂੰ ਅਦਾਲਤਾਂ ਵਿੱਚ ਚਤਾਨੀ ਨਹੀਂ ਦਿੱਤੀ ਜਾ ਸਕਦੀ ਇਸ ਦੇ ਬਾਰੇ ਗੱਲ ਕੀਤੀ ਗਈ ਆ ਜਿਵੇਂ ਹੁਣ ਡਰਗਸਵਾ ਠੀਕ ਹੈ ਡਰੱਗਸ ਬਾਰੇ ਸਿਰਫ ਜਿਹੜੇ ਹੈਗੇ ਰਾਜ ਜਾਂ ਕੇਂਦਰ ਕਾਨੂੰਨ ਬਣਾ ਸਕਦੇ ਆ ਇਹਨੂੰ ਆਮ ਲੋਕ ਵਗੈਰਾ ਕੋਲ ਜਿਹੜੇ ਹੈਗੇ ਆ ਵੀ ਜਿਵੇਂ ਡਰੱਗਸ ਵਗੈਰਾ ਘਰਾਂ ਵਿੱਚ ਸ਼ਰਾਬ ਨਹੀਂ ਬਣਾ ਸਕਦੇ ਆ ਕਿ ਘਰਾਂ ਵਿੱਚ ਜਿਹੜਾ ਡੋਡੇ ਪੋਸਟ ਵਗੈਰਾ ਨਹੀਂ ਵੇਚ ਸਕਦੇ ਆ ਕਿਉਂਕਿ ਉਹ ਸੋਚਦੇ ਆ ਕਿ ਜਸਟ ਜਿਹੜੇ ਡਰੱਗਸ ਵਗੈਰਾ ਵਾ ਉਹ ਅਸੀਂ ਜਸਟ ਇੱਕ ਮੈਡੀਸਨ ਦੇ ਤੌਰ ਤੇ ਜਸਟ ਇਹਨੂੰ ਅਗਾ ਸਕਦੇ ਆ ਮੈਡੀਸਨ ਦੇ ਤੌਰ ਤੇ ਯੂਜ਼ ਕਰ ਸਕਦੇ ਆ ਤੁਹਾਨੂੰ ਪਤਾ ਡਰੱਗਸ ਜਿਹੜੀ ਹੈਗੀ ਆ ਮੈਡੀਸਨ ਵਿੱਚ ਪੈਂਦੀ ਆ ਕੁਝ ਮਾਤਰਾ ਵਿੱਚ ਪਰ ਆਮ ਪਬਲਿਕ ਜਿਹੜੀ ਹੈਗੀ ਆ ਉਹ ਇਹ ਚੀਜ਼ ਵਗੈਰਾ ਨਹੀਂ ਕਰ ਸਕਦੀ ਹੈਗੀ ਠੀਕ ਆ ਤੇ ਇਹ ਜਿਹੜੇ ਕਾਨੂੰਨ ਹੈ ਇਹਨਾਂ ਨਾਲ ਰਿਲੇਟਡ ਜਿਹੜੇ ਕਾਨੂੰਨ ਆ ਉਸ ਨੂੰ ਲੋਕ ਜਿਹੜੇ ਹੈਗੇ ਚੈਲੰਜ ਅਦਾਲਤਾਂ ਵਿੱਚ ਨਹੀਂ ਕਰ ਸਕਦੇ ਨਕਸ਼ਾਗਾ ਇਹ ਤਾਂ ਜਸਟ ਇੱਕ ਐਗਜ਼ਾਮਪਲ ਸੀ ਕਿ ਹਾਂ ਵੀ ਰਾਜ ਦੇ ਕੇਂਦਰ ਦੇ ਜਿਹੜੇ ਕੁਝ ਕਾਨੂੰਨਾਂ ਨੂੰ ਅਦਾਲਤਾਂ ਚ ਚੈਲੰਜ ਨਹੀਂ ਕੀਤਾ ਜਾ ਸਕਦਾ ਬਾਕੀ ਹੋਰ ਵੀ ਕਈ ਕਾਨੂੰਨ ਨੇ ਇਹੋ ਜੇ ਤੇ 10ਵੇਂ ਵਿੱਚ ਦੱਸਿਆ ਤਸਵੀਰ ਸੂਚੀ ਦੱਸਿਆ ਕਿ ਜਿਹੜੇ ਐਮਪੀ ਤੇ ਐਮਐਲ ਨੂੰ ਉਹ ਕਿਹੜੇ-ਕਿਹੜੇ ਤਰੀਕੇ ਨੇ ਕਿੱਦਾਂ ਮਹਾਦੋਸ਼ ਲਗਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਵੱਖ ਕੀਤਾ ਜਾ ਸਕਦਾ ਕਿਹੜਾ ਪ੍ਰੋਸੈਸ ਵਗੈਰਾ ਹੈਗਾ ਵਾ ਠੀਕ ਹੈ ਕਿ ਜੇ ਉਹਨਾਂ ਤੇ ਮਹਾਦੋਸ਼ ਲੱਗਦਾ ਹੈ ਕੋਈ ਉਹਨਾਂ ਤੇ ਉਹ ਹੀ ਐਫਆਰ ਆਇਦਰ ਚ ਹੋ ਜਾਂਦੀ ਆ ਜਾਂ ਆਮਲਪੀ ਕੋਈ ਕੋਈ ਦੋਸ਼ ਸਾਥ ਹੋ ਜਾਂਦਾ ਹੈਗਾ ਵਾ ਤੂੰ ਉਹਨੂੰ ਉਹਦੇ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਤੇ ਜਾਂ ਕੋਈ ਪਾਰਟੀ ਚੇਂਜ ਕਰਦਾ ਹੈ ਤੂੰ ਕਿਹੜੇ ਨਿਯਮ ਅਨਸਾਰ ਕਰ ਸਕਦਾ ਹੈ ਇਹ ਸਾਰਾ ਜਿਹੜੇ ਹੈਗੇ ਆ ਦਸਵੇਂ ਜਿਹੜੇ ਆ ਸ਼ੈਡੂਲ ਸਕੇਜੂਲ ਵਿੱਚ ਦੱਸਿਆ ਗਿਆ ਗੈਰਮ ਵਿੱਚ ਜਿਹੜੀਆਂ ਸਾਡੀਆਂ ਪਿੰਡਾਂ ਚ ਪੰਚਾਇਤਾਂ ਨੇ ਉਹਨਾਂ ਦੀਆਂ ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਕਿਹੜੀਆਂ ਪਾਸ ਨੇ ਉਹ ਨਾਲ ਲੌਂਗਵਿਥ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਕੀ-ਕੀ ਨੇ ਜੇ ਤੁਹਾਨੂੰ ਸ਼ਕਤੀਆਂ ਮਿਲੀਆਂ ਤਾਂ ਜ਼ਿੰਮੇਵਾਰੀਆਂ ਵੀ ਕੀ-ਕੀ ਨੇ ਉਹਨਾਂ ਬਾਰੇ ਗੱਲ ਕੀਤੀ ਗਈ ਆ ਇਸੇ ਤਰ੍ਹਾਂ ਹੀ ਜਿਹੜੀਆਂ ਸ਼ਹਿਰਾਂ ਵਿੱਚ ਮਿਊਂਸੀਪਲ ਕਮੇਟੀਆਂ ਹੁੰਦੀਆਂ ਨੇ ਉਹਨਾਂ ਦੀਆਂ ਸ਼ਕਤੀਆਂ ਤੇ ਜ਼ਿੰਮੇਵਾਰੀ ਦੀ ਗੱਲ ਕੀਤੀ ਗਈ ਆ ਆਈ ਹੋਪ ਤੁਹਾਨੂੰ ਇਹ ਚੀਜ਼ਾਂ ਦੀ ਸਮਝ ਆ ਗਈ ਹੋਵੇਗੀ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆ ਰਹੀ ਹੋਵੇ ਤਾਂ ਤੁਸੀਂ ਬੇਟਾ ਪੁੱਛ ਸਕਦੇ ਹੋ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਅਣ ਚੇਹ ਕਹਾਵਾਂਗੀ ਬੇਟਾ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਰਿਆ ਕਰੋ ਪਲੀਜ਼ ਲਾਈਕ ਜੂਰ ਕਰਨਾ ਜੇ ਤੁਹਾਨੂੰ ਥੋੜੀ ਬਹੁਤ ਵੀ ਇੱਕ ਵੀ ਅੱਜ ਪੁਆਇੰਟ ਦੀ ਚੀਜ਼ ਦੀ ਸਮਝ ਆਈ ਹੈਗੀ ਆ ਕੁਝ ਪੱਲੇ ਪਿਆ ਤੇ ਮੈਂ ਲਗਾ ਸੋਚਾਂਗੀ ਕਿ ਮੇਰੀ ਮਿਹਨਤ ਦਾ ਕੁਝ ਮੈਨੂੰ ਫਲ ਮਿਲ ਗਿਆ ਹੈ ਤੇ ਫਸਟ ਟਾਈਮ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੂਰ ਕਰਨਾ ਥੈਂਕਸ ਬੇਟਾ